ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ ਵਿੱਚ ਹੜ ਆ ਗਏ ਬਹੁਤ ਸ਼ਹਿਰਾਂ ਵਿੱਚ ਪਿੰਡਾਂ ਵਿੱਚ ਬਹੁਤ ਜ਼ਿਆਦਾ ਪਾਣੀ ਖੜ ਗਿਆ ਇਹਦਾ ਕਾਰਨ ਕੀ ਆ ਇਹਦਾ ਰੀਜ਼ਨ ਕੀ ਆ ਦੇਖੋ ਗੱਲ ਇਹ ਆ ਦੋ ਤਰ੍ਹਾਂ ਨਾਲ ਗੱਲ ਹੈਗੀ ਆ ਇੱਕ ਤਾਂ ਨੇਚਰਲ ਰੀਜ਼ਨ ਹੈਗਾ ਕੁਦਰਤੀ ਤੇ ਦੂਜੇ ਪਾਸੇ ਨਾਲ ਦੀ ਨਾਲ ਆਪਣੀਆਂ ਵੀ ਕੁਝ ਗਲਤੀਆਂ ਨੇ ਪਲੀਜ਼ ਬੇਨਤੀ ਇਹ ਵੀ ਵੀਡੀਓ ਪੂਰੀ ਦੇਖਿਓ ਜੇ ਤੁਸੀਂ ਚਾਹੁੰਦੇ ਹੋ ਵੀ ਇਹੋ ਜੀ ਸਮੱਸਿਆ ਨਾ ਆਵੇ ਸਰਕਾਰ ਤੱਕ ਵੀ ਲੈ ਕੇ ਜਾਓ ਇਹ ਵੀਡੀਓ ਦੇਖੋ ਗੱਲ ਇਹ ਆ ਨੈਚੁਰਲ ਕਾਰਨ ਕੀ ਆ ਫਫਟ ਆਫ ਆਲ ਆਪਾਂ ਇਹ ਗੱਲ ਕਰੀਏ ਆਪਣੀਆਂ ਗਲਤੀਆਂ ਨੇ ਬਿਕੋਜ਼ ਆਫ ਗਲੋਬਲ ਵਾਰਮਿੰਗ ਤੁਸੀਂ ਦੇਖਿਆ ਹੁਣ ਆ ਵੀ ਹੇਮਕੁਣ ਸਾਹਿਬ ਜਿਵੇਂ ਤੁਸੀਂ ਜਾਣਦੇ ਹੋ ਵੀ ਗਲੇਸ਼ੀਅਰ ਪਿਗਲ ਰਹੇ ਨੇ ਹਨਾ ਇਹ ਸਮੱਸਿਆ ਮੈਂ ਕਿਉਂ ਆ ਗਈ ਅਸੀਂ ਗਰਮੀ ਕਰਕੇ ਪੋਲੂਸ਼ਨ ਕਰਕੇ ਇੱਕ ਪਹਾੜਾਂ ਦੇ ਵਿੱਚ ਤੁਸੀਂ ਦੇਖੋ ਵੀ ਕਿੰਨੀਆਂ ਸੜਕਾਂ ਬਣਦੀਆਂ ਨੇ ਕਿੰਨੀਆਂ ਟਨਲਸ ਬਣ ਰਹੀਆਂ ਨੇ ਆਪਾਂ ਤਾਂ ਜਾ ਕੇ ਫੋਟੋ ਖਿੱਚਣੀ ਹੁੰਦੀ ਹੈ ਵੀਡੀਓ ਬਣਾਉਣੀ ਹੁੰਦੀ ਆ ਪਾਰੇ ਪਹਾੜ ਦੇ ਵਿੱਚ ਜਦੋਂ ਇੱਕ ਸੁਰੰਗ ਬਣਾਈ ਜਾਂਦੀ ਆ ਉਹ ਸੁਰੰਗ ਬਣਾਉਣ ਦੇ ਵਾਸਤੇ ਪਹਾੜਾ ਨੂੰ ਵੀ ਤੋੜਨਾ ਪੈਂਦਾ ਜਾਂ ਉਹ ਤੋੜਨਾ ਪੈਂਦਾ ਵੀਰੋ ਤੁਹਾਨੂੰ ਪਤਾ ਉੱਥੇ ਉਸ ਹਿਸਾਬ ਨਾਲ ਚੱਲਦੀ ਆ ਕੰਸਟਰਕਸ਼ਨ ਬੰਬ ਬੰਬ ਵੀ ਚਲਾਉਂਦੇ ਨੇ ਉਹ ਉਸ ਹਿਸਾਬ ਨਾਲ ਵੀਰੇ ਸਾਰਾ ਕੁਝ ਹਿੱਲਦਾ ਜਾਂ ਠੀਕ ਆ ਤੇ ਕਿੰਨਾ ਕੁਸ਼ ਮਤਲਬ ਕਿੰਨੀਆਂ ਰਿਸਰਚਾਂ ਹੋ ਰਹੀਆਂ ਨੇ ਬੰਬਾਂ ਦੀਆਂ ਐਟੋਮਿਕਸ ਬੰਬ ਨੇ ਯੂਰੇਨੀਅਮ ਬੰਬ ਨੇ ਹਨਾ ਨਿਊਕਲੀਅਰ ਬੰਬ ਨੇ ਤਰ੍ਹਾਂ ਤਰ੍ਹਾਂ ਦੇ ਬੰਬ ਨੇ ਦੂਜੇ ਪਾਸੇ ਵਹੀਕਲਸ ਆਟੋਮੋਬਾਈਲਸ ਇਹ ਕਿੰਨੇ ਵੱਧ ਗਏ ਹਨਾ ਇਹ ਕਾਰਨ ਕਰਕੇ ਦੇਖੋ ਕੁਦਰਤ ਪਰਮਾਤਮਾ ਉਹ ਕਦੇ ਵੀ ਆਪਣੇ ਵਿਰੁੱਧ ਨਹੀਂ ਹੁੰਦਾ ਪਰਮਾਤਮਾ ਨੇ ਬੜੀ ਸੋਹਣੀ ਕੁਦਰਤ ਬਣਾਈ ਆ ਇੱਥੇ ਰਹਿਣ ਵਾਸਤੇ ਚੰਗੇ ਕੰਮ ਕਰਨ ਵਾਸਤੇ ਠੀਕ ਆ ਪਰ ਮਤਲਬ ਇਹ ਨੇਚਰਲ ਜਿਹੜਾ ਹੋ ਰਿਹਾ ਵੀ ਉਹਦਾ ਵੀ ਕਾਰਨ ਆਪਣੇ ਵੱਲੋਂ ਹੀ ਆ ਤੇ ਦੂਜੀ ਗੱਲ ਮੈਂ ਤੁਹਾਨੂੰ ਗੱਲ ਦੱਸਦਾ ਹਾਂ ਕਿ ਕਰਦੇ ਧਿਆਨ ਨਾਲ ਸੋਚੋ ਤੁਹਾਨੂੰ ਸ਼ਾਇਦ ਮੇਰੀ ਗੱਲ ਦਾ ਬੁਰਾ ਲੱਗੇ ਵੀ ਅੱਜ ਤੋਂ ਪੁਰਾਣੇ ਟਾਈਮ ਦੇ ਵਿੱਚ ਮੀਂਹ ਅੱਜ ਤੋਂ ਘੱਟ ਪੈਂਦੇ ਸੀ ਜਾਂ ਜ਼ਿਆਦਾ ਪੈਂਦੇ ਸੀ ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਦੇਖੋ ਉਦੋਂ ਫੋਰੈਸਟ ਦੇਖੋ ਸਿੱਧੀ ਗੱਲ ਵੀ ਜਿਹੜਾ ਰੇਨਫਾਲ ਆ ਜਿਹੜੇ ਮੀਂਹ ਨੇ ਉਹ ਡਿਪੈਂਡ ਕੀਤੇ ਤੇ ਹੁੰਦੇ ਨੇ ਫੋਰੈਸਟ ਤੇ ਟਰੀਜ਼ ਤੇ ਠੀਕ ਹੈ ਜੀ ਮਤਲਬ ਆਪਣੇ ਹੁਣ ਪੰਜਾਬ ਦੇ ਵਿੱਚ ਕਿੰਨੇ ਕੁ ਟਰੀਜ਼ ਨੇ ਕਿੰਨਾ ਕੁ ਫੋਰੈਸਟ ਏਰੀਆ ਬਹੁਤ ਘੱਟ ਠੀਕਾ ਮਤਲਬ ਦੇਖੋ ਗੱਲ ਇਹ ਆ ਫਿਰ ਪੁਰਾਣੇ ਸਮੇਂ ਵਿੱਚ ਤਾਂ ਬਹੁਤ ਜ਼ਿਆਦਾ ਦਰਖਤ ਹੁੰਦੇ ਸੀਗੇ ਬਹੁਤ ਜ਼ਿਆਦਾ ਫੋਰੈਸਟ ਹੁੰਦੇ ਸੀਗੇ ਫਿਰ ਉਦੋਂ ਮੀਂਹ ਘੱਟ ਸੀਗੇ ਵੱਧ ਸੀ ਉਦੋਂ ਮੀਂਹ ਜ਼ਿਆਦਾ ਸੀ ਫਿਰ ਹੜ੍ਹ ਕਿਉਂ ਨਹੀਂ ਸੀ ਆਉਂਦੇ ਉਦੋਂ ਦੇਖੋ ਧਿਆਨ ਨਾਲ ਗੱਲ ਸਮਝਿਓ ਉਈਓ ਨਾ ਵੀ ਆਏ ਆਂ ਵੀਰਾ ਬੋਲੇ ਆਂ ਬੋਲੇ ਦਿਮਾਗ ਲਾ ਕੇ ਆਰਾਮ ਨਾਲ ਸੋਚੋ ਦੇਖੋ ਅੱਗੇ ਮੀਂਹ ਜ਼ਿਆਦਾ ਪੈਂਦੇ ਸੀਗੇ ਪਾਣੀ ਆਉਂਦਾ ਸੀ ਪਰ ਪਾਣੀ ਧਰਤੀ ਵਿੱਚ ਵੀਰੇ ਚਲੇ ਜਾਂਦਾ ਸੀਗਾ ਠੀਕ ਆ ਪਾਣੀ ਆਉਂਦਾ ਸੀ ਮੀਂਹ ਪੈਂਦੇ ਸੀ ਪਰ ਪਾਣੀ ਧਰਤੀ ਵਿੱਚ ਚਲੇ ਜਾਂਦਾ ਸੀ ਤੇ ਹੁਣ ਮੈਨੂੰ ਦੱਸੋ ਪਾਣੀ ਜਾਵੇ ਕਿਥੋਂ ਧਰਤੀ ਦੇ ਵਿੱਚ ਪਾਣੀ ਜਾਵੇ ਕਿਥੋਂ ਧਰਤੀ ਦੇ ਵਿੱਚ ਦੱਸੋ ਤਾਂ ਹੈ ਕੋਈ ਜਗ੍ਹਾ ਛੱਡੀ ਆਪਾਂ ਕੋਈ ਜਗ੍ਹਾ ਛੱਡੀ ਆਪਾਂ ਜਿੱਥੋਂ ਪਾਣੀ ਧਰਤੀ ਦੇ ਵਿੱਚ ਚਲੇ ਜਾਵੇ ਇੱਕ ਨਾ ਸ਼ਾਂਤ ਹੋਏ ਨੇ ਸੰਤ ਹਰਦੇਵ ਸਿੰਘ ਦੀ ਲੂਲੋਂ ਵਾਲੇ ਇਹ ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ ਸੰਤ ਹਰਦੇਵ ਸਿੰਘ ਦੀ ਲੂਲੋਂ ਵਾਲਿਆਂ ਨੇ ਇੱਕ ਵਾਰੀ ਦੀਵਾਨ ਵਿੱਚ ਕਥਾ ਕੀਤੀ ਉਹਨਾਂ ਨੇ ਇਹ ਦੱਸਿਆ ਸੀ ਦੇਖੋ ਜਦਰਾ ਟਾਈਮ ਚੱਲਦਾ ਜਾ ਇਹ ਗੱਲ ਧਿਆਨ ਨਾਲ ਸੁਣਿਓ ਸਰਕਾਰਾਂ ਤੱਕ ਵੀ ਲੈ ਕੇ ਜਾਇਓ ਠੀਕ ਆ ਤੁਹਾਡਾ ਭਲਾ ਹੋਵੇ ਇਹ ਟਾਈਮ ਚੱਲਦਾ ਜੂਨ ਦਾ ਤੇ ਜੂਨ ਜੁਲਾਈ ਆਹ ਟਾਈਮ ਦੇ ਵਿੱਚ ਆਪਾਂ ਕੀ ਕਰਦੇ ਆ ਜੁਲਾਈ ਦੇ ਵਿੱਚ ਝੋਨਾ ਰਾਈਸ ਚੌਲ ਲਾਉਨੇ ਆ ਚੌਲ ਲਾਉਣ ਦੇ ਵਾਸਤੇ ਕੀ ਕਰਨਾ ਪੈਂਦਾ ਆ ਇੱਕ ਲੇਅਰ ਤਿਆਰ ਕਰਨੀ ਪੈਂਦੀ ਆ ਜਿਹਨੂੰ ਕੱਦੂ ਕਹਿੰਦੇ ਨੇ ਉਹ ਲੇਅਰ ਤਿਆਰ ਕਰਨੀ ਪੈਂਦੀ ਆ ਬਿਕੋਜ਼ ਜਦੋਂ ਤੁਸੀਂ ਉਹ ਜੀਰੀ ਲਾਤੀ ਬੀਜ ਲਾਤਾ ਕਹਿ ਲਓ ਹਨਾ ਉਹ ਪਾਣੀ ਉੱਤੇ ਖੜੇ ਉਹ ਕੱਦੂ ਕਰਨ ਵਾਸਤੇ ਕੀ ਕਰਨਾ ਪੈਂਦਾ ਮਤਲਬ ਇਹੋ ਜੀ ਲੇਅਰ ਬਣਾਉਣੀ ਪੈਂਦੀ ਆ ਵੀ ਜਿਹੜੇ ਪੋਰਸ ਨੇ ਜਿਹੜੀਆਂ ਛੋਟੀਆਂ ਛੋਟੀਆਂ ਗਲੀਆਂ ਹੁੰਦੀਆਂ ਨੇ ਮਿੱਟੀ ਦੇ ਵਿੱਚ ਜਿਹਦੇ ਕਰਕੇ ਪਾਣੀ ਧਰਤੀ ਵਿੱਚ ਚਲੇ ਜਾਂਦਾ ਆ ਉਹ ਪਾਣੀ ਉੱਤੇ ਰੁਕਿਆ ਰਹੇ ਸਮਝੇ ਉਹ ਲੇਅਰ ਬਣ ਗਈ ਉੱਤੇ ਪੰਜਾਬ ਦੇ ਕਿੰਨੇ ਖੇਤਾਂ ਦੇ ਵਿੱਚ ਲੇਅਰ ਬਣੀ ਹੋਈ ਆ ਵੀ ਪਾਣੀ ਧਰਤੀ ਦੇ ਵਿੱਚ ਨਾ ਜਾਵੇ ਠੀਕ ਆ ਹੁਣ ਉਧਰੋਂ ਪੈਗੇ ਮੀਂਹ ਠੀਕ ਆ ਉਧਰੋਂ ਮੀਂਹ ਪੈਗੇ ਤੇ ਪਹਾੜਾਂ ਵਿੱਚ ਪਹਾੜ ਵੀ ਉਹ ਬੰਬਾਰਡਮੈਂਟ ਹੋ ਰਹੀ ਆ ਉੱਥੇ ਕੰਸਟਰਕਸ਼ਨਾਂ ਚੱਲਦੀਆਂ ਨੇ ਨਵੀਆਂ-ਨਵੀਆਂ ਸੜਕਾਂ ਬਣ ਰਹੀਆਂ ਨੇ ਗਲੋਬਲ ਵਾਰਮਿੰਗਾ ਉੱਥੋਂ ਵਹਾਅ ਤੇਜ਼ ਆ ਗਿਆ ਗੇਟ ਖੋਲਤੇ ਡੈਮਾਂ ਨੇ ਮੀਂਹ ਉਤੋਂ ਪੈਣ ਲੱਗ ਗਿਆ ਤੇ ਹੁਣ ਇੱਕ ਤਾਂ ਗੱਲ ਆ ਗਈ ਕਦੂ ਦੀ ਖੇਤਾਂ ਵਿੱਚ ਤਾਂ ਵੀਰੇ ਪਹਿਲਾਂ ਹੀ ਪਾਣੀ ਖੜਾ ਪਹਿਲਾਂ ਹੀ ਪਾਣੀ ਧਰਤੀ ਵਿੱਚ ਜਾ ਨਹੀਂ ਰਿਹਾ ਉੱਤੇ ਚ ਦੂਜਾ ਪਾਣੀ ਆ ਗਿਆ ਉਹ ਪਾਣੀ ਜਾਵੇ ਕਿੱਥੇ ਹੁਣ ਉਹ ਪਾਣੀ ਲੱਭ ਰਿਹਾ ਰਸਤਾ ਹੋਰ ਪਾਸੇ ਸ਼ਹਿਰਾਂ ਵਿੱਚ ਸ਼ਹਿਰਾਂ ਵਿੱਚ ਪਾਣੀ ਵੜ ਗਿਆ ਕਿ ਸ਼ਹਿਰਾਂ ਦੇ ਵਿੱਚ ਪਾਣੀ ਨੇ ਦੇਖਿਆ ਵੀ ਇੱਥੇ ਤਾਂ ਸੜਕਾਂ ਬਣੀਆਂ ਨੇ ਚਲੋ ਮਾੜੀ ਮੋਟੀ ਹੋਰ ਜਗ੍ਹਾ ਬਚੀ ਹੋਣੀ ਆ ਉਹ ਹੋਰ ਰਸਤਾ ਲੱਭਦਾ ਜਾ ਉਥੇ ਪੈਪ ਵਿਛੇ ਹੋਏ ਨੇ ਥੱਲੇ ਧਰਤੀ ਦੇ ਵਿੱਚ ਸੀਵਰੇਜ ਪਾਇਆ ਹੋਇਆ ਧਰਤੀ ਦੇ ਵਿੱਚ ਚਲੋ ਹੋਰ ਛੱਡੋ ਟੈਲਾਂ ਦੀਆਂ ਇੱਟਾਂ ਲਾਈਆਂ ਹੋਈਆਂ ਨੇ ਹਣਾ ਮਤਲਬ ਨਾ ਤੁਸੀਂ ਧਿਆਨ ਨਾਲ ਦੇਖਿਓ ਕੋਈ ਨਾ ਕੋਈ ਜਗ੍ਹਾ ਇਹ ਜੀ ਹੋਣੀ ਆ ਮੇਰੇ ਹੁਣ ਸਾਹਮਣੇ ਇੱਕ ਜਗ੍ਹਾ ਆ ਉਥੇ ਕੋਈ ਪਾਣੀ ਨਹੀਂ ਖੜਾ ਉਥੇ ਨਾ ਜੀਰੀ ਲੱਗੀ ਆ ਨਾ ਉਥੇ ਇੱਟਾਂ ਨੇ ਸੈਂਪਲ ਮਿੱਟੀ ਆ ਉਥੇ ਘਾਹ ਲੱਗਿਆ ਹੋਇਆ ਉਥੇ ਪਾਣੀ ਵੀਰੇ ਖੜਾ ਨਹੀਂ ਹੈਗਾ ਉਥੇ ਪੋਰਸ ਨੇ ਉਥੇ ਗਲੀਆਂ ਨੇ ਜਿਹਦੇ ਵਿੱਚੋਂ ਪਾਣੀ ਥੱਲੇ ਜਾ ਰਿਹਾ ਆ ਕਿੱਥੋਂ ਜਾਵੇ ਸੀਮੈਂਟ ਨੇ ਸੀਮੈਂਟ ਕਰਤਾ ਆਪਾਂ ਤੈ ਲੈਟਾਂ ਲਾਤੀਆਂ ਸਾਰੇ ਪਾਸੇ ਆਪਾਂ ਬਿਲਡਿੰਗਾਂ ਬਣਾਤੀਆਂ ਆਪਾਂ ਨੂੰ ਤਾਂ ਵੀਰੇ ਮਿੱਟੀ ਤੋਂ ਅਲਰਜੀ ਆ ਆਪਾਂ ਨੂੰ ਤਾਂ ਵੀਰੇ ਮਿੱਟੀ ਤੋਂ ਅਲਰਜੀ ਆ ਠੀਕ ਆ ਉਹਦੇ ਕਰਕੇ ਨਤੀਜੇ ਦੇਖ ਲਓ ਇੰਨੀ ਗੱਲ ਯਾਦ ਰੱਖਿਓ ਵੀ ਪੁਰਾਣੇ ਸਮੇਂ ਵਿੱਚ ਮੀਂਹ ਜ਼ਿਆਦਾ ਪੈਂਦੇ ਸੀ ਬਿਕੋਜ਼ ਆਫ ਫੋਰੈਸਟ ਬਿਕੋਜ਼ ਆਫ ਟਰੀਜ਼ ਉਦੋਂ ਵੀਰੇ ਬਹੁਤ ਜੰਗਲੀ ਏਰੀਆ ਸੀਗਾ ਮਾਚੀਵਾੜੇ ਸਾਹਿਬ ਦਾ ਜੰਗਲ ਕਿੰਨਾ ਕੁ ਰਹਿ ਗਿਆ ਦੇਖੋ ਤਾਂ ਹੁਣ ਅੱਗੇ ਕਿੰਨੇ ਬੀੜ ਹੁੰਦੇ ਸੀਗੇ ਬੀੜ ਮਤਲਬ ਜਿ세 ਜੰਗਲ ਦਾ ਏਰੀਆ ਬਹੁਤ ਜ਼ਿਆਦਾ ਦਰਖਤ ਤੁਹਾਨੂੰ ਪਤਾ ਹੀ ਆ ਹੁਣ ਤਾਂ ਦਰਖਤੇ ਨਹੀਂ ਹੈਗੇ ਠੀਕ ਆ ਉਹ ਦਰਖਤ ਜਦੋਂ ਹੁੰਦੇ ਸੀਗੇ ਵੀਰੇ ਉਹ ਦਰਖਤ ਦੀਆਂ ਜਿਹੜੇ ਜੜਾਂ ਹੁੰਦੀਆਂ ਸੀ ਨਾ ਉਹ ਜੜਾਂ ਪਕੜ ਰੱਖਦੀਆਂ ਸੀਗੀਆਂ ਮਿੱਟੀ ਦੀਆਂ ਉਦੋਂ ਸੜਕਾਂ ਜਿੰਨੀਆਂ ਕਿ ਸੀਗੀਆਂ ਉਹ ਟੁੱਟਦੀਆਂ ਨਹੀਂ ਸੀਗੀਆਂ ਇਹ ਸੇ ਕਰਕੇ ਵੀਰੇ ਅੰਗਰੇਜ਼ਾਂ ਨੇ ਨਾ ਜਦੋਂ ਨਹਿਰ ਬਣਾਈ ਸੀਗੀ ਰੋਪੜ ਤੋਂ ਲੈ ਕੇ ਨੀਲੋਂ ਤੱਕ ਆਲੇ-ਦੁਆਲੇ ਉਹਨਾਂ ਨੇ ਦਰਖਤ ਲਾਏ ਸੀਗੇ ਉਹ ਰੀਜ਼ਨ ਸੀਗਾ ਰੀਜ਼ਨ ਇਹ ਸੀਗਾ ਉਹ ਦਰਖਤਾਂ ਦੀਆਂ ਜੜਾਂ ਜਿਹੜੀਆਂ ਸੀਗੀਆਂ ਉਹ ਮਿੱਟੀ ਨੂੰ ਮੈਂ ਜਕੜ ਲੈਂਦੀਆਂ ਸੀਗੀਆਂ ਠੀਕ ਆ ਜੜਾਂ ਉਹ ਮਿੱਟੀ ਖਿਸਕਦੀ ਨਹੀਂ ਸੀਗੀ ਇਹੀ ਕਹਿੰਦਾ ਪਹਾੜਾਂ ਵਿੱਚ ਸੀਗਾ ਪਹਾੜਾਂ ਵਿੱਚ ਵੀ ਹੁਣ ਦਰਖਤ ਕੱਟੇ ਜਾ ਰਹੇ ਨੇ ਅੱਗੇ ਪਹਾੜਾਂ ਵਿੱਚ ਉਹ ਦਰਖਤਾਂ ਨੇ ਉਹ ਮਿੱਟੀ ਨੂੰ ਜਕੜਿਆ ਹੁੰਦਾ ਸੀਗਾ ਦਰਖਤ ਕੱਟ ਤੇ ਮਿੱਟੀ ਉਥੋਂ ਹਲਕੀ ਹੋ ਗਈ ਪਤਲੀ ਹੋ ਗਈ ਫਿਰ ਵੀਰੇ ਜਦੋਂ ਮਾਰਾ ਮੋਟਾ ਪ੍ਰੈਸਰ ਪੈਂਦਾ ਨਾ ਮਿੱਟੀ ਫਿਰ ਖਿਸਕ ਜਾਂਦੀ ਆ ਬਸ ਸੜਕਾਂ ਟੁੱਟਦੀਆਂ ਨੇ ਸਾਰਾ ਕੁਝ ਤਾਂ ਖੋਖਲਾ ਕਰਤਾ ਵੀ ਆਪਣੀ ਚੜ੍ਹਾਈ ਹੋਵੇ ਆਪਾਂ ਐਵੇਂ ਰਹੀਏ ਆਪਣਾ ਫੈਸ਼ਨ ਆਪਾਂ ਉਹ ਤਾਂ ਫੈਸ਼ਨ ਨੇ ਮਾਰ ਲਿਆ ਠੀਕ ਹੈ ਜਦੋਂ ਆਪਾਂ ਗੱਲ ਕਰਦੇ ਆ ਵੀ ਕਲਚਰ ਨਾਲ ਜੁੜਜੋ ਭਾਈ ਪੁਰਾਣੇ ਵਿਰਸੇ ਨਾਲ ਜੁੜਜੋ ਨਾ ਨਾ ਅਸੀਂ ਤਾਂ ਮਾਡਰਨ ਹੋਣਾ ਜੀ ਜਦੋਂ ਕੋਈ ਕਹਿੰਦਾ ਤੁਹਾਨੂੰ ਮੈਂ ਹੁਣ ਗੱਲ ਕਰਦਾ ਨਿਹੰਗ ਸਿੰਘਾਂ ਦੀ ਤੁਸੀਂ ਦੇਖ ਲਓ ਹਸਪਤਾਲਾਂ ਦੇ ਵਿੱਚ ਤੁਹਾਨੂੰ ਕਿੰਨੇ ਕਿੰਨੇ ਨਿਹੰਗ ਸਿੰਘ ਮਿਲਦੇ ਨੇ ਮਾੜਾ ਮੋਟਾ ਦੇਖਿਆ ਕਰੋ ਕਹੇ ਜੇ ਲੋਕ ਮਿਲਦੇ ਨੇ ਤੁਹਾਨੂੰ ਹਸਪਤਾਲਾਂ ਵਿੱਚ ਬਹੁਤ ਘੱਟ ਨਿਹੰਗ ਸਿੰਘ ਬਿਮਾਰ ਮਿਲਣਗੇ ਕਿਉਂ ਕਿਉਂਕਿ ਉਹਨਾਂ ਦੇ ਉਹ ਬਿਮਾਰ ਬਹੁਤ ਘੱਟ ਹੁੰਦੇ ਨੇ ਕਿਉਂ ਕਿ ਉਹ ਵਿਰਸੇ ਨਾਲ ਜੁੜੇ ਹੋਏ ਨੇ ਉਹਨਾਂ ਦਾ ਰਹਿਣ ਦਾ ਖਾਣ ਦਾ ਕਲਚਰ ਪੁਰਾਣਾ ਆ ਉਹ ਬਿਮਾਰ ਘੱਟ ਹੁੰਦੇ ਨੇ ਮੈਂ ਤੁਹਾਨੂੰ ਇਹ ਕਹਿਣਾ ਸਰਕਾਰਾਂ ਨੂੰ ਵੀ ਬੇਨਤੀ ਕਰਦਾ हूं देखो ਲੋੜ ਆ ਵੀ ਜਿਹੜਾ ਆਪਾਂ ਇਹ ਰਾਈਸ ਇਹ ਵੀ ਇੱਕ ਸਕੀਮ ਹੋ ਸਕਦੀ ਹੈ ਵੀਰੇ ਜਿਹੜਾ ਝੋਨਾ ਆਪਾਂ ਬੀਜਦੇ ਹਾਂ ਨਾ ਕੀ ਭਦਾ ਦੇਖੋ ਸਿੱਧੀ ਗੱਲ ਪੰਜਾਬ ਦੁਨੀਆ ਦਾ ਸਭ ਤੋਂ ਸੋਹਣਾ ਏਰੀਆ ਆ ਤੁਸੀਂ ਵੀ ਬਾਹਰ ਗਏ ਹੋਮੋਗੇ ਮੈਂ ਵੀ ਦੁਬਈ ਗਿਆ ਸੀ ਪਿਛਲੇ ਸਾਲ ਮੈਂ ਜਦੋਂ ਪੰਜਾਬ ਵਿੱਚ ਐਂਟਰ ਕੀਤਾ ਵੀਰੇ ਜਦੋਂ ਨਾ ਬੰਦਾ ਜਾ ਕੇ ਆਉਂਦਾ ਬਾਹਰੋਂ ਉਦੋਂ ਲੱਗਦਾ ਪਤਾ ਵੀ ਸਾਡਾ ਪੰਜਾਬ ਕੀ ਆ ਜਾ ਕੇ ਆਇਆ ਕਰੋ ਮੜਾ ਮੋਟਾ ਬਾਹਰ ਬੂਹਰ ਤੁਹਾਨੂੰ ਪਤਾ ਕਿ ਫੇਰ ਅਹਿਸਾਸ ਫੇਰ ਹੁੰਦਾ ਵੀ ਪੰਜਾਬ ਕੀ ਆ ਜਿਹੜੇ ਹਮਲੇ ਹੁੰਦੇ ਰਹੇ ਨੇ ਹੁਣ ਤੱਕ ਪੰਜਾਬ ਦੇ ਉੱਤੇ ਕਿਉਂ ਹੁੰਦੇ ਰਹੇ ਨੇ ਯਾਰ ਕੋਈ ਗੱਲ ਈ ਹੋਣੀ ਆ ਪੰਜਾਬ ਦੇ ਵਿੱਚ ਕੁਝ ਹੋਣਾ ਤਾਂ ਹੀ ਹਮਲੇ ਹੋਏ ਨੇ ਵੀ ਪੰਜਾਬ ਤੇ ਕਬਜ਼ਾ ਕਰੀਏ ਪੰਜਾਬ ਦਾ ਜਿਹੜਾ ਕਲਚਰ ਆ ਪੰਜਾਬ ਦਾ ਜਿਹੜਾ ਮੌਸਮ ਆ ਨਾ ਇਹੋ ਜਿਹਾ ਮੌਸਮ ਕਿਤੇ ਨਹੀਂ ਠੀਕ ਆ ਦੁਨੀਆ ਵਿੱਚ ਬਰਜ ਖਲੀਫਾ ਆ ਠੀਕ ਆ ਨੈਗਰਾ ਫਾਲਜ਼ਾ ਪਰ ਪੰਜਾਬ ਤੋਂ ਸੋਨਾ ਕੋਈ ਨਹੀਂ ਹੈਗਾ ਜਦੋਂ ਤੁਸੀਂ ਆਉਨੇ ਹੋ ਨਾ 에ਰਪੋਰਟ ਤੇ ਉਤਰਦੇ ਹੋ ਤਾਂ ਤਰਸਦੇ ਹੋ ਨੇ ਵੀ ਪੰਜਾਬ ਚੁੰਮਦੇ ਆਪਾਂ ਧਰਤੀ ਮਿੱਟੀ ਨੂੰ ਇਹ ਜੀ ਖੁਸ਼ਬੂ ਸੱਚੀ ਹੋਣੀ ਕਿਤੇ ਇਹ ਉਹ 唯一 ਕਿਹਾ ਗਿਆ ਹੈਗਾ ਗਾਣਿਆਂ ਗੋਣਿਆਂ ਚ ਅਸਲ ਦੇ ਵਿੱਚ ਇਹੀ ਆ ਪੰਜਾਬ ਵਰਗਾ ਕੋਈ ਨਹੀਂ ਹੈਗਾ ਤੇ ਪੰਜਾਬ ਤੇ ਹਮਲੇ ਕੀਤੇ ਤੇ ਹੁਣ ਵੀ ਪੰਜਾਬ ਨੂੰ ਬਰਬਾਦ ਕਰਨਾ ਚਾਹੁੰਦੇ ਨੇ ਚਾਹੇ ਕਿਸਾਨੀ ਮੋਰਚਾ ਹੋਵੇ ਚਾਹੇ ਕੁਝ ਹੋਵੇ ਤੁਸੀਂ ਦੇਖੋ ਵੀ ਝੋਨੇ ਦੀ ਐਂਟਰੀ ਕਰਦੀ ਝੋਨੇ ਨੇ ਥੱਲੇ ਵਾਲਾ ਪਾਣੀ ਥੱਲੇ ਕਰਤਾ ਉੱਤੇ ਵਾਲਾ ਪਾਣੀ ਉੱਤੇ ਮਤਲਬ ਆਪਾਂ ਝੋਨਾ ਜਿਵੇਂ ਬੀਜਦੇ ਆ ਤੁਹਾਨੂੰ ਪਤਾ ਵੀ ਉਹ ਕੱਦੂ ਕਰਕੇ ਉੱਤੇ ਰੋਕ ਲਿਆ ਹੁਣ ਦੇਖੋ ਜੇ ਝੋਨਾ ਨਾ ਬੀਜਿਆ ਹੁੰਦਾ ਉੱਪਰੋਂ ਮੀਂਹ ਪਿਆ ਧਰਤੀ ਵਿੱਚੋਂ ਪਾਣੀ ਰਿਸਦਾ ਵਿੱਚ ਜਾਂਦਾ ਉਹ ਗਲੀਆਂ ਦੇ ਵਿੱਚੋਂ ਖੇਤਾਂ ਦੇ ਵਿੱਚੋਂ ਫਿਰ ਉਹ ਥੱਲੇ ਵਾਲਾ ਪੱਧਰ ਉੱਚਾ ਹੋ ਜਾਣਾ ਸੀਗਾ ਹੈਨਾ ਉਹ ਵੀ ਆਪਾਂ ਨੂੰ ਮੌਜ ਹੋ ਜਾਣੀ ਸੀਗੀ ਉਹ ਆਪਣਾ ਬੰਦ ਹੋਇਆ ਹੋਇਆ ਉਹ ਕੱਦੂ ਕਰਕੇ ਪਾਣੀ ਵਿਚਾਰਾ ਜਾਵੇ ਕਿੱਥੇ ਪਵਨਗੁਰੂ ਪਾਣੀ ਪਤਾ ਇਹ ਪਾਣੀ ਪਤਾ ਪਰ ਆਪਾਂ ਆ ਹਾਲ ਕਰਤਾ ਤੁਸੀਂ ਦੇਖੋ ਜੇ ਆਪਣੇ ਕੋਲੇ ਕੋਈ ਦੂਰਬੀਨ ਹੋਵੇ ਵੀ ਥੱਲੇ ਧਰਤੀ ਤੇ ਕੀ ਕੀ ਵਿਸ਼ਿਆ ਹੋਇਆ ਮੈਂ ਕਹਿੰਦਾ ਕਿੰਨੀਆਂ ਪਾਈਪਾਂ ਨੇ ਬਿਜਲੀ ਵਾਲੀਆਂ ਠੀਕ ਆ ਆ ਦੂਜੀਆਂ ਸੀਵਰੇਜ ਆ ਹੋਰ ਕੁਛ ਆ ਪੈਪਾ ਪਈ ਪਈਆਂ ਨੇ ਵਿਚਾਰਾ ਪਾਣੀ ਵੀਰੇ ਜਾਵੇ ਕਿੱਥੇ ਉਹ ਪ੍ਰਮਾਤਮਾ ਤਾਂ ਚਾਹੁੰਦਾ ਆ ਵੀ ਧਰਤੀ ਦਾ ਪਾਣੀ ਪੰਜਾਬ ਦਾ ਮੈਂ ਉੱਚਾ ਕਰਦਾ ਉਹ ਤਾਂ ਮੀਂਹ ਪਾਉਂਦਾ ਆ ਪਰ ਆਪਾਂ ਵੀਰੇ ਦਰਵਾਜੇ ਲਾਏ ਹੋਏ ਨੇ ਠੀਕ ਆ ਜੇ ਤੁਹਾਨੂੰ ਮੇਰੀ ਗੱਲ ਠੀਕ ਲੱਗੇ ਨਾ ਸਰਕਾਰਾਂ ਤੱਕ ਵੀ ਲੈ ਕੇ ਜਾਇਓ ਤੇ ਆਓ ਰਾਲੇ ਮਿਲ ਕੇ ਆਪਾਂ ਪੁਰਾਣੇ ਕਲਚਰ ਨਾਲ ਜੁੜੀਏ ਤੁਸੀਂ ਦੇਖੋ ਹਨਾ ਮਤਲਬ ਪੰਜਾਬ ਇਹ ਦੁਨੀਆ ਦਾ ਬੈਸਟ ਆ ਏਰੀਆ ਇਹ ਤੇ ਵੀਰੇ ਦੁਨੀਆ ਕਬਜ਼ਾ ਕਰਨਾ ਚਾਹੁੰਦੀ ਆ ਚਾਹੇ ਕੋਈ ਵੀ ਹੋਵੇ ਹਨਾ ਇਸ ਕਰਕੇ ਆਪਾਂ ਪੰਜਾਬ ਨੂੰ ਜੇ ਬਚਾਉਣਾ ਆਪਣੇ ਕਲਚਰ ਨਾਲ ਜੁੜੀਏ ਥੋੜਾ ਜਿਹਾ ਆਪਾਂ ਚੇਂਜ ਕਰੀਏ ਆਹ ਹਨਾ ਵੀ ਆਪਣਾ ਸਿਸਟਮ ਸਾਰਾ ਨਹੀਂ ਤਾਂ ਵੀਰੇ ਦੇਖੋ ਆ ਹੜ ਜਿਹੜੇ ਪਾਣੀ ਇਹ ਹਰ ਸਾਲ ਆਉਣਾ ਹੀ ਆਉਣਾ ਆ ਕਿਉਂਕਿ ਪੋਲਿਊਸ਼ਨ ਵਧੀ ਜਾਣਾ ਆ ਪੋਲਿਊਸ਼ਨ ਦੇ ਕਰਕੇ ਗਲੋਬਲ ਵਾਰਮਿੰਗ ਵਧੀ ਜਾਣੀ ਆ ਵੀਰੇ ਤੇ ਤੁਹਾਨੂੰ ਪਤਾ ਵੀ ਉਹਦੇ ਕਰਕੇ ਜੜੀਆਂ ਵੱਡੀਆਂ-ਵੱਡੀਆਂ ਬਰਫਾਂ ਦੇ ਗਲੇਸ਼ੀਅਰ ਨੇ ਉਹਨਾਂ ਨੇ ਪਿਗਲਣ ਆ ਉਹ ਪਿਗਲਣ ਦੇ ਕਰਕੇ ਸਮੁੰਦਰ ਦਾ ਸੀ ਲੈਵਲ ਵੀ ਉੱਚਾ ਹੋਣਾ ਆ ਠੀਕ ਆ ਉਹ ਤੋਂ ਬਾਅਦ ਬਾਣੀ ਜਿਹੜਾ ਹੜ੍ਹਾਂ ਦੇ ਰੂਪ ਦੇ ਵਿੱਚ ਆਉਣਾ ਵੀਰੇ ਉਹਨੇ ਤਬਾਹੀ ਦੇਖੋ ਜੇ ਅੱਜ ਉਹ ਦੂਜੇ ਏਰੀਏ ਵਿੱਚ ਆਪਾਂ ਘਰੇ ਬੈਠੇ ਸੇਫ ਆ ਕੱਲੋਂ ਆਪਣਾ ਨੰਬਰ ਵੀ ਲੱਗ ਜਾਣਾ ਆ ਉਹ ਨੰਬਰ ਲੱਗਣ ਤੋਂ ਪਹਿਲਾਂ ਵੀਰੇ ਘਟੋ ਘਟ ਆਪਾਂ ਜੇ ਆਪਣੇ ਕੋ ਦਿਮਾਗ ਆ ਆਪਾਂ ਵਰਤੀਏ ਪਰਮਾਤਮਾ ਦਾ ਨਾਮ ਜਪੀਏ ਬਾਣੀ ਪੜ੍ਹੀਏ ਤੇ ਕੋਸ਼ਿਸ਼ ਕਰੀਏ ਕੁਛਕ ਠੀਕ ਕਰਨ ਦਾ ਠੀਕ ਆ ਸਰਕਾਰਾਂ ਨੂੰ ਵੀ ਭਗਵਾਨ ਤਮਾਨ ਜੀ ਨੂੰ ਵੀ ਬੇਨਤੀ ਆ ਬੜੇ ਵਧੀਆ ਨੇ ਉਹ ਉਹ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਹੀ ਆਪਣੇ ਜਿਹੜੇ ਉਹ ਨਾਟਕ ਕਰਦੇ ਹੁੰਦੇ ਸੀਗੇ ਜਸਟ ਇਸ ਸਟੇਜਾਂ ਤੇ ਕਲਾਕਾਰੀ ਉਦੋਂ ਦੀ ਉਹ ਵਧੀਆ ਗੱਲਾਂ ਕਰਦੇ ਜਾ ਰਹੇ ਨੇ ਬਹੁਤ ਵਧੀਆ ਕਰ ਰਹੇ ਨੇ ਚਲੋ ਉਹਨਾਂ ਨੂੰ ਵੀ ਬੇਨਤੀ ਆ ਵੀ ਇਹ ਵੀ ਥੋੜਾ ਜਿਹਾ ਉਹ ਕਰਨ ਵੀ ਜਿਹੜਾ ਆ ਚੌਣੇ ਵਾਲਾ ਹੈ ਨਾ ਵੀ ਥੱਲੇ ਪਾਣੀ ਜਾਣ ਦਿੰਦਾ ਨਹੀਂ ਹੈਗਾ ਦੇਖੋ ਇਹ ਮੈਂ ਵੀ ਆਪਣੇ ਕੋਲ ਦੇਖੋ ਤੁਸੀਂ ਵੀ ਦਿਮਾਗ ਵਰਤ ਲਿਓ ਤੇ ਇਹ ਮੈਂ ਮਹਾਪੁਰਖਾਂ ਤੋਂ ਸਟੇਜਾਂ ਤੇ ਵੀ ਸੁਣਿਆ ਹੋਇਆ ਦੇਖੋ ਆਮ ਬੰਦਾ ਗਲਤ ਹੋ ਸਕਦਾ ਪਰ ਇੱਕ ਮਹਾਪੁਰਖ ਕਮਾਈ ਵਾਲਾ ਉਹ ਕਦੇ ਗਲਤ ਨਹੀਂ ਹੋ ਸਕਦਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ